ਔਰ ਤੁਹਾਡੇ ਸਾਹਮਣੇ ਅਜ਼ੀਜ਼ ਉਲ ਕਦਰ ਅਜ਼ੀਜ਼ ਜ਼ਾਕਿਰ ਅਹਿਲ ਬੈਤ ਮੋਮਿਨ ਅਬਾਸ ਖਾਨ ਲਸ਼ਕਰਾਨੀ ਔਰ ਇਹਨਾਂ ਦੇ ਬਾਅਦ ਸੈਯਦਾਦਾ ਮਾਲਿਕ ਉਸ਼ਤਰ, ਉਹਨਾਂ ਦੇ ਬਾਅਦ ਜ਼ਾਕਿਰ ਅਹਿਲ ਬੈਤ ਮੁਜਾਹਿਦ ਰਜ਼ਾ ਭੁੱਟਾ ਅਫਕਰੋੜ, ਉਹਨਾਂ ਦੇ ਬਾਅਦ ਸੁਲਤਾਨ ਉਲ ਜ਼ਾਕਰੀਨ ਦਿਜਾਦ ਸੈਯਦਾਦਾ ਔਨ ਅਬਾਸ ਸ਼ਾਹ ਸਾਹਿਬ ਔਨ ਸਾਬਿਰ ਅਲਾ ਉਹਨਾਂ ਦੀ ਜ਼ਿੰਦਗੀ ਦੌਰਾਨ, ਉਹਨਾਂ ਦੇ ਬਾਅਦ ਨੂਆ ਖਾਨ ਤਨਵੀਰ ਇਕਰਾਨ, ਉਹ ਇਨਸ਼ਾਅੱਲਾ ਨੂਆ ਖਾਨ ਹੀ ਕਰੇ ਸਨ। ਨਾਰੇ ਸਲਵਾਤ ਸਲਵਾਤ ਬਵਾਜ਼ੇ ਬੁਲੰਦ ਪੜ੍ਹੋ। ਪੰਜ ਪਾਕ ਦਾ ਸਦਕਾ ਹੈ ਗਿਜ਼ਾ ਖਾਂਦਾ ਵਧਾ ਹਾਂ, ਪੰਜ ਪਾਕ ਦਾ ਸਦਕਾ ਹੈ ਗਿਜ਼ਾ ਖਾਂਦਾ ਵਧਾ ਹਾਂ, ਅਕਸੀਰ ਹੈ ਤਾਂ ਖਾਕੇ ਸ਼ਿਫਾ ਖਾਂਦਾ ਵਧਾ ਹਾਂ। ਅਗਵਾ ਦੇ ਸਫਦਰ ਮੇਰਾ ਤੂਫਾਨ ਵਿਰਾ ਰੋਕ ਨਹੀਂ ਸੰਗਦੇ, ਅੱਬਾਸ ਦੇ ਪਰਚਮ ਦੀ ਹਵਾ ਖਾਂਦਾ ਵਧਾ ਹਾਂ। ਕੋਈ ਲੰਬੀ ਮਜਲਿਸ ਨਹੀਂ ਪੜ੍ਹਨੀ, ਸਿਰਫ 3 ਮਿੰਟ ਦੀ ਹਾਜ਼ਰੀ। ਚਾਰ ਬੀਬੀਆਂ ਐਸੀਆਂ ਜਿਨ੍ਹਾਂ ਦੇ ਲਾਜ਼ੇ 'ਚ ਵਾਲ ਸਫੈਦ ਹੋਏ। ਪਹਿਲੀ ਬੀਬੀ ਮੁਹੰਮਦ ਦੀ ਜ਼ਖਮੀ ਧੀ, ਕਿਹੜੇ ਵੇਲੇ ਵਾਲ ਸਫੈਦ ਹੋਏ, ਜਦੋਂ ਸੰਨਤ ਦੇ ਟੁਕੜੇ ਥੀਂਦੇ ਡਿੱਠੇ, ਸੈਯਦਾ ਬਾਂਦੀ ਬਾਂਦੀ ਜ਼ਮੀਨ 'ਤੇ ਬਹਿ ਗਈਏ। ਪਹਿਲਾ ਟੁਕੜਾ ਚੈਸ ਹੁਸੈਨ ਦੋ ਡਿੱਠੇ, ਵੱਤ ਦੂਜਾ ਟੁਕੜਾ ਚੈਸ ਹੁਸੈਨ ਦੋ ਡਿੱਠੇ, ਜਦੋਂ ਤੀਜਾ ਟੁਕੜਾ ਚਾਹ ਕੇ ਹੁਸੈਨ ਦੋ ਡਿੱਠੇ, ਹੁਸੈਨ ਰੋ ਕੇ ਆਦੇ ਅੰਮਾ ਮੌਜੂਦ ਤਾਂ ਹਸਨ ਵੀ ਹੈ, ਵੱਤ ਤੂੰ ਟੁਕੜੇ ਚਾਹ ਕੇ ਮੈਡੋ ਕਿਉਂ ਦੇ ਦੀ। ਬੀਬੀ ਆਦੇ ਹੁਸੈਨ ਇਹਨਾਂ ਟੁਕੜਾਂ ਦਾ ਤਾਲਕ ਤੇਰੇ ਨਾਲ ਹੈ, ਅੱਜ ਮੈਂ ਪਹਿਚਾਣਦੀ ਹਾਂ ਕਰਬਲਾ ਮਤਾਂ ਤੈ ਕੋ ਕਈ ਯਤੀਮ ਦੇ ਚਾਹਣੇ ਪਵੇ ਮੈਂ ਨੌਕਰ ਹਾਂ, ਅੱਜ ਮੈਂ ਪਹਿਚਾਣਦੀ ਹਾਂ ਕਰਬਲਾ ਮਤਾਂ ਤੈ ਕੈਂ ਸਿਹਰਾਂ ਵਾਲਾਂ ਦੇ ਚਾਹਣੇ ਪਵੇ। ਬਸ ਸੰਨਤ ਦੇ ਟੁਕੜੇ ਚੈਸ ਤੇ ਵਾਲ ਸਫੈਦ ਹੋ ਗਏ। ਦੂਜੀ ਬੀਬੀ ਅਲੀ ਦੀ ਧੀ, ਕਿਹੜੇ ਵੇਲੇ ਵਾਲ ਸਫੈਦ ਹੋਏ, ਜਦੋਂ ਹੁਸੈਨ ਐਲਾਨ ਕੀਤਾ ਜੋ ਅੱਬਾਸ ਲਹਿ ਗਏ, ਅੱਬਾਸ ਦੀ ਮੌਤ ਦਾ ਸੁਣੈਸ ਤੇ ਵਾਲ ਸਫੈਦ ਹੋ ਗਏ। ਤੀਜੀ ਬੀਬੀ ਅਸਗਰ ਦੀ ਮਾਂ, ਜਿਹੜੇ ਵੇਲੇ ਕੁੱਠੇ ਹੋਏ ਪੁੱਤਰ ਕੋ ਚਾਹ ਕੇ ਹੱਥਾਂ 'ਤੇ ਚਾਹ ਕੇ ਮੇਰਾ ਇਮਾਮ ਕਰਬਲਾ ਦੇ ਹੱਥਾਂ 'ਤੇ ਚਾਹ ਕੇ ਖੈਮਾਂ ਦੇ ਦਰ 'ਤੇ ਆ ਖੜੇ, ਕੈਂ ਲੈ ਬਾਂਧੇ ਕੈਂ ਲੈ ਉਠੀਂਦੇ। ਬੀਬੀ ਆਦੀ ਹੁਸੈਨ ਅਕਬਰ ਚਈ ਇੰਜਨੈ ਰੁਨਾ, ਅੱਬਾਸ ਦੇ ਬਾਜ਼ੂ ਚਏ ਨੀ ਇੰਜਨੈ ਰੁਨਾ, ਹੁਣ ਕਿਹੜਾ ਦਰਦ ਪਿਆ ਰੋਂਦਾ। ਹੁਸੈਨ ਆਦੇ ਅਸਗਰ ਦੀ ਮਾਂ, ਇਹ ਦਰਦ ਮੈਂ ਕੋ ਜੰਨਤ 'ਚ ਨਾ ਬੋਲ ਸੀ, ਜ਼ਾਲਿਮ ਉਸੇ ਲਈ ਤੀਰ ਮਾਰੇ ਜਿਹੜਾ ਮੈਂ ਅਸਗਰ ਦਾ ਮੂੰਹ ਪਿਆ ਚੁੰਮਦਾ ਹੈ। ਚੌਥੀ ਬੀਬੀ ਹੁਸੈਨ ਦੀ 4 ਸਾਲਾਂ ਦੀ ਧੀ, ਕਿਹੜੇ ਵੇਲੇ ਵਾਲ ਸਫੈਦ ਹੋਏ, ਜਿਹੜੇ ਵੇਲੇ ਬਾਬੇ ਕੋ ਕੁਸਦਾ ਡਿੱਟਾ ਸੱਜੋਂ ਵਾਲੇ ਨਾ ਮਾਰ ਕੋ ਅੱਬਾਸ ਦੀ ਮੌਤ ਖਾ ਗਈ ਏ, ਵਤ ਖਬੋਂ ਵਾਲੇ ਨਾ ਮਾਰ ਕੋ ਅਕਬਰ ਦੀ ਮੌਤ ਖਾ ਗਈ ਏ, ਜਦੈ ਜ਼ਾਲਿਮ ਕੋਈ ਨੀ ਮੰਨੇ ਨਿਕ ਨਿਕ ਹੱਥ ਬਣ ਗਿਆ ਜੇ ਖੁਦਾ ਦਾ ਖਾ ਫਕਾਰ ਜ਼ਾਲਿਮ ਤੇਰੀ ਮਿੰਨਤ ਕਰੇਂਦੀ ਹਾਂ ਚਾਦੇ ਜ਼ਰਬਾ ਮਰਦਾ ਹੈ ਨਬੀ ਪਰੇ ਹਟਦੇ ਗਏ ਦੀ ਨੇੜੇ ਰਲਦੀ ਆਈਏ ਛੀਵੀਂ ਜ਼ਰਾਬ ਦੇ ਪਿਓ ਦੇ ਉੱਤੇ ਆ ਜਾਣੀਏ ਜ਼ਾਲਿਮ ਦੇ ਪਾਸ ਦੇਖ ਕੇ ਆਜੇ ਜ਼ਾਲਿਮ ਮੈਂ ਪਿਓ ਦੇ ਬਾਦ ਇਸ ਦੁਨੀਆ ਤੇ ਜ਼ਿੰਦਾ ਰਹੇ ਕਿ ਕਿਆ ਕਰਨਾ ਹੈ ਚਲਾ ਔਰ ਤੁਹਾਡੇ ਸਾਹਮਣੇ ਖਾਨਦਾਨੀ ਜ਼ਾਕਿਰ ਸੈਯਦ ਮਾਲਿਕ ਉਸ਼ਤਰ ਸਾਬਿਰ ਹੁਸੈਨ, ਉਹਨਾਂ ਦੇ ਬਾਅਦ ਜ਼ਾਕਿਰ ਅਹਿਲ ਬੈਤ